ਇੱਕ ਦਮ ਕਰਕੇ ਸਮਾਪਤ ਕਰੂੰਗਾ। ਮੇਰਾ ਦੋਸਤ ਆ ਪ੍ਰੋਫੈਸਰ ਗਿਆਨ ਸਿੰਘ,
ਉਹਨਾਂ ਦੀ ਕੁਦਰਤ ਵੱਲੋਂ ਇੱਕ ਬਾਹਰ ਚਲੀ ਗਈ। ਸਾਨੂੰ ਟੈਲੀਫੋਨ ਆਇਆ ਕਿ ਸੁਰੇਸ਼ ਤੁਸੀਂ DMC CMC ਹਸਪਤਾਲ ਪਹੁੰਚੋ, ਮਾਤਾ ਬਹੁਤ ਬਿਮਾਰ। ਅਸੀਂ ਦੋਈ ਚਲੇ ਗਏ ਆਖਰੀ ਪਾਸ ਚੜ੍ਹਦੇ। ਉਹ ਮਾਤਾ ਕਹਿੰਦੀ ਮੇਰਾ ਪੁੱਤ ਥੁੱਕਣ ਨੂੰ ਜੀ ਕਰਦਾ, ਤੇ ਜੋ ਅਸੀਂ ਨਰਸ ਦੇਖੀ ਆਲੇ ਦੁਆਲੇ ਕੋਈ ਨਾ। ਉਸ ਇਕਨੋਮਿਕਸ ਦੇ ਪ੍ਰੋਫੈਸਰ ਨੇ ਆਪਣਾ ਹੱਥ ਅੱਗੇ ਕਰਤਾ, ਕਹਿੰਦਾ ਮਾਂ ਮੇਰੇ ਹੱਥ 'ਤੇ ਥੁੱਕਦੇ ਨੂੰ ਆਪਣੇ ਬਾਹਰ ਪਾਇਆ। ਸਾਨੂੰ ਤਾਂ ਕਿਹੋ ਜਿਹੇ ਬੱਚੇ ਪੈਦਾ ਕਰਨ ਦੀ ਲੋੜ ਹੈ। ਤੁਸੀਂ ਸਾਰੇ ਆਏ, ਮਾਤਾ ਜੀ ਦੀ ਯਾਦ ਨੂੰ ਸਾਡੇ ਨਾਲ ਸਾਂਝਾ ਕੀਤਾ, ਇਸ ਗਰੁੱਪ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਗਲੀ ਕਾਰਵਾਈ ਸਤਨਾਮ ਸਿੰਘ ਸੰਸਥਾ ਫਿਰ ਵਾਹਿਗੁਰੂ ਜੀ ਦੀ ਬਾਣੀ ਆਉਂਦੇ ਹਨ ਜੇ ਪੰਜਾਬ ਨੂੰ ਤੁਸੀਂ ਬਣਾਉਣਾ, ਤੁਸੀਂ ਬੱਚਿਆਂ ਨੂੰ ਪ੍ਰਭਾਵ ਲਗਾ ਕੇ ਆਪਣੇ ਪਰਿਵਾਰ ਨੂੰ ਪੰਜਾਬ ਨੂੰ ਦੇਸ਼ ਨੂੰ ਬੱਚਾ ਬਣਾਉਣਾ, ਜਿਵੇਂ ਮਾਤਾ ਜੀ ਨੇ ਆਪਣੇ ਬੱਚਿਆਂ ਦੇ ਰਾਹੀਂ ਬਣਾਇਆ। ਦੁਆਰਾ ਫਿਰ ਮੈਂ ਮਾਤਾ ਜੀ ਸ਼ਰਧਾ ਦੇ ਨਾਲ ਭੇਟ ਕਰਦਾ ਅਤੇ ਅਰਦਾਸ ਕਰਦਾ, ਉਹਨਾਂ ਦਾ ਆਸ਼ੀਰਵਾਦ ਸਦਾ ਸਾਡੇ ਸਿਰ 'ਤੇ ਬਣਾ ਰਹੇ, ਕਿਉਂਕਿ ਕਦੇ ਵੀ ਸਿੱਖੀ ਦੇ ਮੁਤਾਬਕ ਮੌਤ ਨਹੀਂ ਹੁੰਦੀ, ਆਤਮਾ ਹਮੇਸ਼ਾ ਜਿਉਂਦੀ ਰਹਿੰਦੀ ਹੈ। ਮੇਰੇ ਵੀ ਮਾਤਾ ਪਿਤਾ ਸਵਰਗਵਾਸ ਹੋਇਆ, ਪਰ ਜਦੋਂ ਕਿਤੇ ਮੈਂ ਸਿਹਤ ਲੈਣੀ ਹੁੰਦੀ ਹੈ ਆਪਣੇ ਮਾਤਾ ਦੀ ਆਪਣੇ ਪਿਤਾ ਦੀ, ਜਿਹੜੀ ਜ਼ਿੰਦਗੀ 'ਚ ਮੈਨੂੰ ਸਿਹਤ ਦਿੱਤੀ ਹੁੰਦੀ ਹੈ, ਮੈਨੂੰ ਉਹ ਗੁਰੂ ਬੋਲਦੇ ਸੁਣਦੇ ਆ। ਇਸ ਕਰਕੇ ਮਾਤਾ ਕਿਤੇ ਨਹੀਂ ਗਈ, ਇੱਥੇ ਹੈ। ਜਦੋਂ ਯਾਦ ਕਰੋਗੇ ਤੁਹਾਨੂੰ ਸਿਹਤ ਦੇਵੇਗੀ। ਇੰਨਾ ਕਹਿੰਦਾ ਹੋਇਆ ਜਿੰਨੇ ਵੀ ਤੁਸੀਂ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਇਸ ਸਮਾਗਮ ਦੇ ਵਿੱਚ ਆਏ ਹੋਏ, ਸਾਡੇ ਦੋਸਤ ਨੂੰ ਬਣਾਉਣ ਆਏ, ਅੰਮ੍ਰਿਤ ਸਾਹਿਬ ਦੇ ਪਰਿਵਾਰ ਦੇ ਲੋਕ ਨੂੰ, ਜਨੋ ਸਾਹਿਬ ਦੇ ਪਰਿਵਾਰ ਦੇ ਲੋਕ ਨੂੰ ਬਣਾਉਣ ਆਏ, ਸਾਰਿਆਂ ਦਾ ਹਰ ਕੰਮ ਸਾਡੇ ਸਿਰ ਮੱਥੇ 'ਤੇ, ਇਸ ਪਰਿਵਾਰ ਦੇ ਤਿੰਨੋ ਪਰਿਵਾਰ ਦੇ ਸਿਰ ਮੱਥੇ 'ਤੇ। ਇੰਨਾ ਕਹਿੰਦਾ ਹੋਇਆ ਮੈਂ ਜਮਾਂ ਦਾ ਦਰਸ਼ ਕਰ ਲੰਗਰ ਜ਼ਰੂਰ ਛੱਕ ਕੇ ਜਾਓ ਜਿਹੜੇ ਸੱਜਣ ਮਿੱਤਰ ਰਹਿ ਗਏ। ਇੰਨਾ ਕਹਿੰਦਾ ਵੱਧ ਘੱਟ ਬੋਲ ਕੇ ਆਉਂਦਾ, ਮਾਫ਼ੀ ਵੀ ਚਾਹੁੰਦਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
Oh.
Thank you.
Thank you.
Thank you.
ਸੁਖਾ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਬੇਨਤੀ ਹੈ ਸੰਗਤ ਦੇ ਚਰਨਾਂ 'ਚ ਥੋੜ੍ਹੀ ਜਿਹੀ ਇਕਾਗਰਤਾ ਬਣਾ ਕੇ ਰੱਖੋ। ਦਰਬਾਰ ਦੇ ਵਿੱਚ ਸੰਗਤ ਨੂੰ ਜਿੱਥੇ ਵੀ ਜਗ੍ਹਾ ਮਿਲਦੀ ਹੈ ਸੋ ਚੁੱਪ ਕਰਕੇ ਬੈਠ ਕੇ ਕਿਰਪਾਲਤਾ ਕਰੋ। ਖਾਸ ਕਰਕੇ ਵਰਨਾਵਾ ਭੈਣਾਂ ਦੇ ਚਰਨਾਂ 'ਚ ਬੇਨਤੀ ਹੈ। ਪਿੱਛੋਂ ਬੜੀਆਂ ਆਵਾਜ਼ਾਂ ਆ ਰਹੀਆਂ ਸੀ ਗੱਲਾਂ ਕਰਨ ਦੀਆਂ, ਸੋ ਬੇਨਤੀ ਹੈ ਕਿ ਕਿਸੇ ਨੇ ਗੱਲਾਂ ਨਹੀਂ ਕਰਨੀਆਂ ਦਰਬਾਰ ਦੇ ਵਿੱਚ ਬੈਠ ਕੇ। ਰੁੱਖਾ ਜੀਵਨ ਦਾ ਲਾਹਾ ਪ੍ਰਾਣੀ ਨੂੰ ਆਇਆ ਲਾਹਾ ਲੈਣ ਲੱਗਾ ਕਿੰਨ ਕੋ ਪਕੜੇ ਸਭ ਉੱਗਦੀ ਚੱਲੀ ਰਹਿਣ ਅਤੇ ਜ਼ਿੰਦਗੀ ਰੁਕੀ ਰਹਿਣ ਹੈ ਮਨੁੱਖ ਦੀ ਉੱਗਦੀ ਜਾ ਰਹੀ ਹੈ ਬੀਤਦੀ ਜਾ ਰਹੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਸੁਚੇਤ ਵੀ ਕੀਤਾ ਹੈ ਔਰ ਘਟਾਇਆ ਦਿਵਸ ਰਹਿਣਾ ਨੇ ਮਾਨਵ ਦੁਰਗਿਰ ਕਾਲ ਸਵਾਰੇ ਦਿਨ ਦੇ ਪਹਿਰ ਪਹਿਰ ਦੇ ਕਈਆਂ ਔਰ ਘਟਾਇਆ ਤਾਂ ਚੀਜ਼ ਹੈ ਕਾਲ ਨਹੇਰੀ ਫਿਰ ਜੰਮੂ ਕਬੰਦਿਤ ਕੀ ਜੈ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਰੈਣ ਗਵਾਈ ਸੋਏ ਕਹਿ ਦਿਵਸ ਗਵਾਇਆ ਗਾਏ ਹੀਰੇ ਜੈਸਾ ਜਨਮ ਹੈ ਕੌਡੀ ਮੰਦਰ ਜਾਏ। ਜੇ ਕਿਸੇ ਮਨੁੱਖ ਦੀ ਐਵਰੇਜ ਉਮਰ ਨੂੰ ਆਪਾਂ ਮੰਨ ਲਈਏ ਕਿ 60 ਸਾਲ ਦੀ ਹੈ, ਅੱਧੀ ਉਮਰ ਬੰਦਾ ਸੌਂ ਕੇ ਇੰਤਜ਼ਾਰ ਕਰਦਾ ਹੈ ਔਰ ਬਾਕੀ ਦੀ ਉਮਰ ਵਿਕਾਰਾਂ ਦੇ ਵਿੱਚ ਸੁੱਤਿਆਂ ਨਾਲ ਲੱਗਦੀ ਹੈ। ਇੱਕ ਨੀਂਦ ਤਾਂ ਜੋ ਅਸੀਂ ਸਾਰੇ ਲੈਂਦੇ ਹੀ ਹਾਂ, ਕੋਈ 8 ਘੰਟੇ ਕੋਈ 6 ਘੰਟੇ ਦੀ ਨੀਂਦ ਲੈਂਦਾ ਹੈ। ਉਸ ਨੀਂਦ ਦੇ ਨਾਲ ਜਿੱਥੇ ਸਾਨੂੰ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ ਉਹ ਜ਼ਰੂਰੀ ਵੀ ਹੈ ਉਹ ਨੀਂਦ, ਪਰ ਗੁਰੂ ਪਾਤਸ਼ਾਹ ਜੀ ਨੇ ਇੱਥੇ ਰਹਿਣ ਗਵਾਈ ਸੋਈ ਕਹਿ ਕੇ ਉਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲਿਆ ਜਾਏ। ਕਿਸ ਨੀਂਦ ਦੀ ਗੱਲ ਕੀਤੀ? ਇੱਥੇ ਹੈ ਵਿਕਾਰਾਂ ਦੀ ਨੀਂਦ ਦੇ ਵਿੱਚ ਸੌਣਾ, ਜੋ ਸਾਡਾ ਮਨ ਸੌ ਜਾਂਦਾ ਹੈ ਵਿਕਾਰਾਂ ਦੇ ਵਿੱਚ। ਇਹਨਾਂ ਵਿਕਾਰਾਂ ਦੀ ਨੀਂਦ ਦੇ ਵਿੱਚ ਸੌਂ ਕੇ ਮਨੁੱਖ ਆਪਣਾ ਜੀਵਨ ਮਨੋਰਥ ਭੁੱਲ ਬੈਠਦਾ ਹੈ। ਭਾਈ ਪ੍ਰਭ ਮਨ ਕਦੇ ਹੋਈਆ ਗੋਬਿੰਦ ਮਿਲਣ ਕੀ ਇਹ ਤੇਜ ਪਈਆ ਅਵਰ ਕਾਜ ਤੇਰੇ ਕਿਤੇ ਨਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਭ ਨਾਮ ਲਾਗ ਭੋਗ ਤਰਨ ਕੈ ਜਨਮ ਪ੍ਰਥਾ ਜਾਤ ਰੰਗ ਮਾਜ। ਇਸ ਸੰਸਾਰ ਸਾਗਰ ਤੋਂ ਤਰਨ ਦਾ ਸਭ ਕੋਈ ਉਪਰਾਲਾ ਨਹੀਂ ਕਰਦਾ, ਸਗੋਂ ਮਨੁੱਖ ਦਾ ਜੀਵਨ ਪਿੱਠਾ ਜਾ ਰਿਹਾ ਹੈ। ਜਿੱਥੇ ਅਸੀਂ ਇਸ ਸਰੀਰ ਨੂੰ ਪਾਲਣ ਪੋਸ਼ਣ ਦੇ ਲਈ ਉਦਮ ਕਰਦੇ ਹਾਂ, ਕਈ ਤਰ੍ਹਾਂ ਦੇ ਯਤਨ ਕਰਦੇ ਹਾਂ, ਕਈ ਤਰੀਕਿਆਂ ਦੇ ਨਾਲ ਧੰਨ ਲਾਭ ਕਮਾਉਂਦੇ ਹਾਂ, ਉੱਥੇ ਅਸੀਂ ਅਧਿਆਤਮਕ ਜੀਵਨ ਵਾਸਤੇ ਕੋਈ ਉਪਰਾਲਾ ਨਹੀਂ ਕਰਦੇ। ਜਿਉਂਦੇ ਰਹਿਣ ਲਈ ਜਿੱਥੇ ਸਾਨੂੰ ਭੋਜਨ ਦੀ ਲੋੜ ਹੈ, ਆਤਮਕ ਜੀਵਨ ਜਿਉਣ ਲਈ ਸਾਨੂੰ ਭਜਨ ਦੀ ਲੋੜ ਹੈ। ਅੱਖਰ ਭਾਵੇਂ ਦੋਨੇ ਇੱਕੋ ਜਿਹੇ ਨੇ ਪਰ ਬੜਾ ਫਰਕ ਹੈ ਭਜਨ ਅਤੇ ਭੋਜਨ ਦੇ ਵਿੱਚ। ਸਰੀਰ ਨੂੰ ਤੰਦਰੁਸਤ ਰੱਖਣ ਲਈ ਭੋਜਨ ਦੀ ਜ਼ਰੂਰਤ ਹੈ ਅਤੇ ਆਤਮਾ ਨੂੰ ਤੰਦਰੁਸਤ ਰੱਖਣ ਲਈ ਸਾਨੂੰ ਭਜਨ ਦੀ ਲੋੜ ਹੈ। ਔਰ ਜੋ ਮਨੁੱਖ ਸੰਗਤ ਦੇ ਵਿੱਚ ਆਉਂਦੇ ਨੇ ਪਰਮਾਤਮਾ ਦਾ ਨਾਮ ਜਪਦੇ ਨੇ ਅਕਾਲ ਪੁਰਖ ਦੇ ਨਾਲ ਸਾਂਝ ਪਾਉਂਦੇ ਨੇ ਵੀ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ, ਉਹ ਇਸ ਸੰਸਾਰ ਸਾਗਰ ਦੀਆਂ ਵਿਕਾਰਾਂ ਰੂਪੀ ਲਹਿਰਾਂ ਦੇ ਵਿੱਚੋਂ ਆਸਾਨੀ ਦੇ ਨਾਲ ਤਰ ਕੇ ਪਾਰ ਹੋ ਜਾਂਦੇ ਨੇ। ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਤਰਿਆ। ਸੋ ਜੋ ਮਨੁੱਖ
ਇਹਦਾ ਪ੍ਰਤੀਕ ਦੀ ਸੰਗਤ ਵਿੱਚ ਆਉਂਦੇ ਨੇ। ਬਹੁਤ ਵੱਡੇ ਭਾਗਾਂ ਵਾਲੀ ਗੱਲ ਹੈ, ਚੰਗੀ ਗੱਲ ਹੈ। ਬਾਕੀਆਂ ਨੂੰ ਵੀ ਸਾਨੂੰ ਸੰਗਤ ਦੇ ਵਿੱਚ ਆਉਣਾ ਚਾਹੀਦਾ ਹੈ, ਕਿਉਂਕਿ ਸੰਗਤ ਵਿੱਚ ਬੈਠ ਕਰਕੇ ਜਦੋਂ ਅਸੀਂ ਬਾਣੀ ਨੂੰ ਸਰਵਣ ਕਰਦੇ ਹਾਂ, ਵਿਚਾਰਾਂ ਸਰਵਣ ਕਰਦੇ ਹਾਂ, ਤਾਂ ਸਾਡਾ ਮਨ ਵਿਕਾਰਾਂ ਨਾਲ ਉੱਠ ਕੇ ਗੁਰੂ ਦੇ ਨਾਲ ਜੁੜਦਾ ਹੈ। ਗੁਰੂ ਦੇ ਨਾਲ ਜਿਤਨਾ ਅਸੀਂ ਪਿਆਰ ਵਧਾਵਾਂਗੇ, ਉਤਨਾ ਹੀ ਗੁਰੂ ਵਾਲੇ ਗੁਣ ਸਾਡੇ ਅੰਦਰ ਆਉਂਦੇ ਨੇ। ਔਰ ਗੁਰੂ ਵਾਲੇ ਗੁਣ ਜਦੋਂ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ, ਤਾਂ ਸਾਡਾ ਫਿਰ ਮਨ ਵਿਕਾਰਾਂ ਵੱਲ ਨਹੀਂ ਝਾਕਦਾ। ਜਿਹੇ ਵਿਦ ਗੁਰ ਉਪਦੇਸ਼ਿਆ ਸੋ ਸੁਧਰੇ ਭਾਈ, ਨਾਨਕ ਕਹਿ ਪੁਕਾਰ ਕੇ ਗਵੋ ਪ੍ਰਭ ਸਰਕਾਰੀ। ਜਿਸ ਤਰੀਕੇ ਦੇ ਨਾਲ ਗੁਰੂ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਗੁਰਸਿੱਖ ਵੀਰ ਚਲੋ ਗੁਰੂ ਜਾਣੀ ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਦਿਆਲੀ। ਗੁਰੂ ਦੇ ਉਪਦੇਸ਼ ਨੂੰ ਜਦੋਂ ਅਸੀਂ ਆਪਣੇ ਹਿਰਦੇ ਘਰ ਦੇ ਵਿੱਚ ਸੌਂਦੇ ਹਾਂ, ਗੁਰੂ ਦੇ ਉਪਦੇਸ਼ ਦੁਆਰਾ ਗੁਰੂ ਦੇ ਦੱਸੇ ਹੋਏ ਰਸਤੇ 'ਤੇ ਗੁਚਰਨ ਦਾ ਅਸੀਂ ਯਤਨ ਕਰਦੇ ਹਾਂ, ਅਤੇ ਸਾਡਾ ਜੀਵਨ ਉੱਚਾ ਹੋ ਜਾਂਦਾ ਹੈ। ਜਿੱਥੇ ਅਸੀਂ ਸਮਾਜ ਦੇ ਵਿੱਚ, ਕਿਉਂਕਿ ਹਰ ਇੱਕ ਮਨੁੱਖ ਦੀ ਇਹ ਇੱਛਾ ਹੁੰਦੀ ਹੈ ਕਿ ਮੇਰਾ ਸਮਾਜ ਦੇ ਅੰਦਰ ਨਾਮ ਬਣੇ, ਸਦਾ ਹੀ ਰਹੇ।
Thank you.
ਜਸਰ ਤੈ ਸਭ ਜਾਏ ਤੇ ਮਹਤ ਸਿਮਰਿਆ ਕਰ ਨਾਨਕ ਦਿਆ ਧਾਏ ਸਭ ਨਾਹੀ ਮੈਂ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਕਰਕੇ ਖਾਲਸਾ ਜੀ ਬੋਲੋ ਪੰਜਾਂ ਪਿਆਰਿਆਂ ਜਿਨ੍ਹਾਂ ਨਾਮ ਜਪਿਆ ਵਣ ਛਪਿਆ ਦੇ ਕਲਾਈ ਦੀ ਵਾਹੀ ਦੇ ਪਿਆਂ ਡਟ ਕੀਤਾ ਬਣ ਦੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਪੰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਹਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਦੇਖ ਤੇ ਫਤਹਿ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਖਾਂ ਦੇ ਬਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਤਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਦਮਾਣਿਆਂ ਦੇ ਮਾਣ ਸਤਿਗੁਰੂ ਨੀਤਾਣਿਆਂ ਦੇ ਦਾਨ ਨਿਓਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਰਾਣਾ ਰਾਵ ਨਾ ਕੋ ਰਹੇ ਰੰਗ ਨੰਗਮ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਜਿਹਾ ਚਿਰੀ ਲਿਖਿਆ ਤੇ ਹਾਪ ਹੁਕਮ ਕਮਾਹੇ ਘੱਲੇ ਆਵੇ ਨਾਨਕਾ ਸਤੇ ਉੱਠੀ ਜਾਏ ਤੇ ਮਹਾਂ ਵਾਕ ਅਨੁਸਾਰ ਸਤਿਗੁਰੂ ਜੀ ਸੁਰਗਵਾਸੀ ਮਾਤਾ ਜਗੀਰ ਕੌਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਸੰਸਾਰਕ ਯਾਤਰਾ ਨੂੰ ਪੂਰੀ ਕਰਦਿਆਂ ਹੋਇਆ ਅਕਾਲ ਚਲਾਣੇ ਕਰ ਗਏ ਸਨ ਉਹਨਾਂ ਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਸਤਿਗੁਰੂ ਜੀ ਸਰਦਾਰ ਜਸਵੰਤ ਸਿੰਘ ਵਿਰਕ ਅਤੇ ਸਮੂਹ ਸਾਰੇ ਪਰਿਵਾਰ ਨੇ ਰਲ ਮਿਲ ਕੇ ਆਪ ਜੀ ਦੇ ਪਾਵਨ ਸਥਾਨਾਂ ਤੇ ਵਿਰਾਗਮਈ ਸ਼ਬਦ ਕੀਰਤਨ ਕਰਵਾ ਕੇ ਸਪੂਰਨ ਭੋਗ ਪਵਾਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਤੋਂ ਕੀਰਤਨ ਕਰਦਿਆਂ ਤੋਂ ਸੇਵਾ ਕਰਦਿਆਂ ਤੋਂ ਅਨੇਕ ਹੀ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ ਆਪ ਅਣਜਾਣ ਬੱਚੇ ਸਮਝ ਪ੍ਰਵਾਨ ਕਰਨੀ ਬਾਣੀ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਸ਼ਾਂਤੀ ਬਖਸ਼ਣੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਤਿਗੁਰੂ ਜੀ ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾਮ ਭਾਜਲ ਤੇਰਾ ਵਿਛੜੀ ਹੋਈ ਆਤਮਾ ਨੂੰ ਆਪ ਜੀ ਦੇ ਚਰਨਾਂ ਦਾ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸਮੂਹ ਪਰਿਵਾਰ ਤੇ ਮੇਲ ਪ੍ਰਿਆਤ ਰੱਖਣਾ ਕਿਰਪਾ ਕਰਨੀ ਸਤਿਗੁਰੂ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਨੂੰ ਰੇਸ਼ੀਰ ਬਾਲੇ ਦਿਲ ਫੁੱਲ ਮਾਇਆ ਅਰਦਾਸ ਹੋਈ ਹੈ ਆਪ ਕਿਰਪਾ ਕਰਕੇ ਪ੍ਰਵਾਨ ਕਰਿਓ ਸੇਵਕਾਂ ਦੇ ਲੋਕ ਪ੍ਰਲੋਭ ਵਿੱਚ ਪੜਦੇ ਕੱਜੋ ਭੰਡਾਰੇ ਭਰਪੂਰ ਰੱਖਣੇ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਕੜਾਹ ਪ੍ਰਸ਼ਾਦ ਦੀ ਦੇਖ ਸਦਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪਣੇ ਅਲਾਹੀ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਕਰੋ
ਹੁਕਮਾਂ ਦੀ ਚੱਲਣ ਦੀ ਸਮਰੱਥਾ ਬਖਸ਼ਣੀ। ਸਹੀ ਪਿਆਰੇ ਮੇਰੇ ਜਿੰਨਾ ਮਿਲਿਆ ਤੇਰਾ ਨਾਮ ਜਿੱਤਿਆ ਮੇਰੇ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ Yes.
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੰਗੀਰ ਕੌਰ ਜੀ ਨੂੰ ਅੰਤਮ ਸ਼ਰਧਾਂਜਲੀ ਆਪਣੀ ਸ਼ਰਧਾ ਦੇ ਹੋਰ ਭੇਟ ਕਰ ਗਈ ਆਈ ਪਿਆਰੀ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਮਾਤਾ ਜੰਗੀਰ ਕੌਰ ਜੀ ਕੁਝ ਹੀ ਦਿਨਾਂ ਦੇ ਵਿੱਚ ਆਪਣੇ ਪਰਿਵਾਰ ਨੂੰ ਹੱਸਦਿਆਂ ਖੇਡਦਿਆਂ ਛੱਡ ਕੇ ਔਰ ਆਕਸੀਜਨ ਦੀ ਇੱਕ ਛੋਟੀ ਜਿਹੀ ਘਾਟ ਜਿਵੇਂ ਇਸ ਪਵਿੱਤਰ ਆਤਮਾ ਨੂੰ ਇਸ ਸੰਸਾਰ ਤੋਂ ਖੋਲਿਆ ਔਰ ਆਖਰੀ ਸਮੇਂ ਵੀ ਉਹ ਆਪਣੇ ਪਰਿਵਾਰ ਦੇ ਨਾਲ ਬੜੀਆਂ ਹੱਸਦੀਆਂ ਖੇਡਦੀਆਂ ਗੱਲਾਂ ਜਿਹੜੀਆਂ ਆਪਣੇ ਪੁੱਤ ਪੋਤਿਆਂ ਦੇ ਨਾਲ ਉਹ ਕਰਦੇ ਗਏ ਔਰ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਬਹੁਤ ਦੂਰ ਦੂਰ ਤੋਂ ਔਰ ਬਹੁਤ ਵੱਖ ਵੱਖ ਸੰਸਥਾਵਾਂ ਤੋਂ ਵੱਖ ਵੱਖ ਅਦਾਰਿਆਂ ਤੋਂ ਵੱਖ ਵੱਖ ਸੰਸਥਾਵਾਂ ਤੋਂ ਵਿਦਿਅਕ ਸੰਸਥਾਵਾਂ ਤੋਂ ਪਿੰਡਾਂ ਤੋਂ ਪੰਚ ਸਾਹਿਬਾਨ ਸਰਪੰਚ ਸਾਹਿਬਾਨ ਆਈ ਜੀ ਡੀ ਆਈ ਜੀ ਐਸ ਐਸ ਪੀ ਐਸ ਪੀ ਡੀ ਐਸ ਪੀ ਅਤੇ ਹੋਰ ਆਫਿਸਰ ਸਾਹਿਬਾਨ ਉਹ ਇਸ ਰੂਪ ਦੀ ਘੜੀ ਦੇ ਵਿੱਚ ਇਹ ਸਰਦਾਰ ਜਸਵੰਤ ਸਿੰਘ ਦੇ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰ ਰਹੇ ਨੇ। ਬਹੁਤ ਸਾਰੇ ਸ਼ੋਕ ਮਤੇ ਨੇ ਔਰ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਤੌਰ 'ਤੇ ਗੁਰਪ੍ਰੀਤ ਸਿੰਘ ਕਾਂਗੜ ਕੈਬਨਿਟ ਮੰਤਰੀ ਪੰਜਾਬ ਕਪੂਰ ਚੰਦ ਬਾਂਸਲ ਦੇ ਪ੍ਰਧਾਨ ਨਗਰ ਕੌਂਸਲ ਸਮਾਣਾ ਹੁਣ ਏਅਰ ਇੰਪਲੋਈ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਆਰਟੀਆਰ ਐਸੋਸੀਏਸ਼ਨ ਪੰਜਾਬ ਏਐਬੀ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਐਸ ਐਸ ਐਮ ਸੈਕੰਡਰੀ ਸਕੂਲ ਬਾਬਾ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਟੋਹਾਣਾ ਅਗਰਵਾਲ ਸਭਾ ਤਹਿਸੀਲ ਰੋਡ ਟੋਹਾਣਾ ਸਵਾਗਤਾ ਸੰਘ ਸਮਾਣਾ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਬਠਿੰਡਾ ਮਾਤਾ ਸਾਹਿਬ ਕੌਰ ਗਰਲਸ ਕਾਲਜ ਗੁਰਦਾਸੀ ਦਮਦਮਾ ਸਾਹਿਬ ਕੱਚਾ ਆਰਪੀਆਰ ਐਸੋਸੀਏਸ਼ਨ ਪੁਣਿਆਣਾ ਮੰਡੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਠਿੰਡਾ ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਇਸ ਨਾਲ ਹੋਰ ਵੀ ਕੁੱਲ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਬਠਿੰਡਾ ਆਦਿ ਵੱਲੋਂ ਜਿਹੜੇ ਸ਼ੋਕ ਮਤੇ ਆਏ ਨੇ ਔਰ ਮੈਂ ਹੁਣ ਬੇਨਤੀ ਕਰਾਂਗਾ ਪ੍ਰੋਫੈਸਰ ਸੁਰਜੀਤ ਸਿੰਘ ਪੱਟੀ ਜੀ ਨੂੰ ਕਿ ਉਹ ਇਸ ਪਰਿਵਾਰ ਬਾਰੇ ਔਰ ਮਾਤਾ ਜੀ ਰਣਜੀਤ ਕੌਰ ਜੀ ਨੂੰ ਉਹ ਆਪਣੀ ਸ਼ਰਧਾਂਜਲੀ ਭੇਟ ਕਰਨਗੇ। ਪਰਿਵਾਰ ਵੱਲੋਂ ਫੈਸਲਾ ਕਿ ਇੱਕੋ ਬੁਲਾਰੇ ਨੂੰ ਬੁਲਾਇਆ ਜਾਊਗਾ ਔਰ ਉਹ ਸਾਰੇ ਵੀ ਹਾਜ਼ਰੀ ਬੁਲਾਏਗਾ ਡਾਕਟਰ ਸੁਰਜੀਤ ਸਿੰਘ ਪੱਟੀ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜਗਵੀਰ ਕੌਰ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਸਮੂਹ ਮਾਈ ਭਾਈ ਰਿਸ਼ਤੇਦਾਰ ਦੋਸਤ ਮਿੱਤਰ ਸਭ ਨੂੰ ਅਤੇ ਵੀ ਅਸਾਂ ਤੁਹਾਡੀ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮਾਮਾ ਬੰਦੇ ਨੂੰ ਕੀ ਕੁਛ ਦੇ ਸਕਦੀਆਂ ਨੇ ਇਹਦਾ ਅੰਦਾਜ਼ਾ ਉਹਨਾਂ ਦੇ ਜਨਮੇ ਹੋਏ ਪੁੱਤਰ ਨਹੀਂ ਲਾ ਸਕਦੇ। ਸੁਲਤਾਨ ਬਾਬੂ ਬਹੁਤ ਵੱਡੇ ਸ਼ਾਹਜਹਾਨ ਨੇ, ਬਾਬਾ ਫਰੀਦ ਜੇ ਉਹ ਮਾਂ ਸ਼ੰਕਰ ਨਾਲ ਸਰਾਣੇ ਧਰਦੀ ਤਾਂ ਉਹ ਫਰੀਦ ਜੀ ਨੇ ਕਿਹਾ ਕਿ ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਵਾਇਆ ਦੰਦ
ਉੱਚੇ ਚੜ੍ਹ ਕੇ ਦੇਖਿਆ ਧਰ ਧਰ ਨੀਹਾਂ ਮੱਤ। ਅੱਜ 700 ਸਾਲ ਬਾਅਦ ਵੀ ਸੰਗਤ ਉਹਨਾਂ ਦੇ ਸ਼ਲੋਕਾਂ ਦੇ ਸਿਰ ਝੁਕਾਉਂਦੀ ਹੈ। ਮੈਂ ਕਈ ਵਾਰ ਕਹਿੰਦਾ ਹੁੰਦਾ ਸੀ ਬੜੀਆਂ ਕਵਿਤਾਵਾਂ ਲਿਖਦੇ ਹਾਂ, ਨਾਵਲ ਲਿਖਦੇ ਹਾਂ, ਕਹਾਣੀਆਂ ਲਿਖਦੇ ਹਾਂ, ਬੰਦੇ ਨੂੰ ਆਪਣਾ ਲਿਖਿਆ ਯਾਦ ਨਹੀਂ ਹੁੰਦਾ। ਪਰ ਮੇਰੀ ਅਨਪੜ੍ਹ ਮਾਂ ਨੂੰ ਬਾਬਾ ਫਰੀਦ ਦੇ ਸ਼ਲੋਕ, ਰੁੱਖੀ ਸੁੱਕੀ ਖਾ ਕੇ ਠੰਡਾ ਪਾਣੀ ਪੀ, ਵੇਖ ਬੁਰਾਈ ਚੋਪੜੀ ਨਾ ਦੱਸਾਂ, ਏਡੀਆਂ ਏਡੀਆਂ ਮਾਵਾਂ ਦੀਆਂ ਤਰ੍ਹਾਂ ਮਤਾਂ ਨੇ। ਅਸੀਂ ਬੰਦੇ ਮਾਵੇ ਦੀ ਹਜ਼ੂਰੀ ਵਿੱਚ ਝੂਠ ਬੋਲਣ ਨੂੰ ਜੀ ਨਹੀਂ ਕਰਦਾ। ਇਤਿਹਾਸ ਬੰਦਿਆਂ ਦੀਆਂ ਦੇਣਦਾਰੀਆਂ ਨਾਲ ਭਰਿਆ ਪਿਆ। ਪਰ ਕੀ ਕਿਸੇ ਸਿੱਖ ਨੇ ਸੋਚਿਆ, ਮਾਤਾ ਤ੍ਰਿਪਤਾ ਨੇ ਸਾਰੀ ਉਮਰ ਆਪਣੇ ਪੁੱਤ ਨੂੰ ਉਡੀਕਿਆ, ਮਾਤਾ ਸੁਲੱਖਣੀ ਨੇ ਆਪਣੇ ਪਤੀ ਨੂੰ ਉਡੀਕਿਆ, ਆਪਣੇ ਬੱਚਿਆਂ ਨੂੰ ਛੱਡ ਕੇ ਚੋਰਾਂ ਨੂੰ, ਡਾਕੂਆਂ ਨੂੰ, ਰਾਕਸ਼ਾਂ ਨੂੰ ਸੋਧਣ ਦੇ ਲਈ ਜਿਹੜਾ ਸੋਧਣ ਧਰ ਦਿੰਦਾ ਜੀ, ਉਹ ਮਾਮਾ ਦਾ ਉਹ ਜੀਵਨ ਸਾਧਨਾ ਦਾ ਹੌਸਲਾ ਸੀ ਇਹਨਾਂ ਦੇ ਗਿਆਨ ਦੇ ਵਿੱਚ। ਅਸੀਂ ਤਾਂ ਹੁਣ ਗੁਰੂ ਨਾਨਕ ਨੂੰ ਵੀ ਆਪਣੇ ਢਾਈ ਗਲੀਆਂ ਦੇ ਪੰਜਾਬ ਦਾ ਗੁਰੂ ਬਣਾ ਰਹੇ ਹਾਂ। ਪਰ ਭਾਈ ਗੁਰਦਾਸ ਨੇ ਕਿਹਾ ਸੀ, ਬਾਬੇ ਤਾਰੇ ਚਾਰ ਤੱਕ ਨੌ ਖੰਡ ਪੇਖੀ ਸੱਜਾ ਕੋ, ਉਹਨਾਂ ਨੂੰ ਸਾਰੇ ਜਾਣੇ ਦਾ ਮੈਂ ਦੱਸਿਆ। ਸੋ ਇਸ ਸੰਬੰਧ ਦੇ ਵਿੱਚ ਤੁਸੀਂ ਸਾਰੇ ਦੋਸਤ ਅੱਜ ਸਾਡੇ ਬਹੁਤ ਪਿਆਰੇ, ਬਹੁਤ ਹੀ ਨੇਕ ਸੁਭਾਅ ਪਰਿਵਾਰ ਸਾਡੇ ਬਜ਼ੁਰਗ ਸਰਦਾਰ ਜਸਵੰਤ ਸਿੰਘ ਵਿਰਕ, ਉਹਨਾਂ ਦੇ ਬੇਟੇ ਚਰਨ ਸਿੰਘ ਵਿਰਕ, ਗੁਰਵਿੰਦਰ ਸਿੰਘ ਵਿਰਕ, ਰਣਜੀਤ ਸਿੰਘ ਵਿਰਕ, ਸੁਖਦੇਵ ਸਿੰਘ ਵਿਰਕ, ਉਹਨਾਂ ਦੀਆਂ ਸਰਦਾਰਨੀਆਂ, ਪੁੱਤ ਪੋਤੇ, ਉਹਨਾਂ ਸਾਰਿਆਂ ਦੇ ਦੁੱਖ ਵਿੱਚ ਸ਼ਾਮਿਲ ਹੋਏ। ਮਾਤਾ ਜੀ 1930 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਔਰ 1948 ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ 18 ਸਾਲ ਹੋ ਗਏ ਪਹਿਲਾਂ ਕੁੜੀਆਂ ਨੂੰ ਬਹੁਤ ਛੋਟੀ ਉਮਰ 'ਚ ਵਿਆਹ ਦਿੱਤਾ ਜਾਂਦਾ ਸੀ। ਸੋ ਉਹਨਾਂ ਨੇ 1948 ਦੇ ਵਿੱਚ ਸਾਡੇ ਬਾਪੂ ਜੀ ਸਰ ਜਸਵੰਤ ਸਿੰਘ ਹੋਰਾਂ ਨਾਲ ਉਹਨਾਂ ਦੀ ਸ਼ਾਦੀ ਹੋਈ ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਮਾਤਾ ਕਿਵੇਂ ਹੋ, ਕਹਿੰਦੇ ਮੈਂ ਸੰਸਾਰ ਤੋਂ ਜਿੰਨੇ ਸੁੱਖ ਸ਼ਾਂਤੀ ਨਾਲ ਜਾ ਰਹੀ ਹਾਂ, ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤ੍ਰਿਸ਼ਨਾ ਤੇ ਕੋਈ ਭੁੱਖ ਨਹੀਂ ਹੈ। ਪਰ ਇੱਕ ਭੁੱਖ ਸੀ। ਮੈਂ ਸੁਖਦੇਵ ਨੂੰ ਪੁੱਛਿਆ ਵੀ ਮਾਤਾ ਨੂੰ ਸਭ ਤੋਂ ਵੱਡਾ ਸਦਮਾ ਕੀ ਸੀ, ਕਹਿੰਦੇ ਦੋ ਭੈਣਾਂ ਸੀ, ਇੱਕੋ ਦਮ ਕੋਈ ਚੜ੍ਹਾਈ ਕਰ। ਮਾਮਾ ਨਾਲ ਜਿਹੜਾ ਧੀਆਂ ਦਾ ਰਿਸ਼ਤਾ ਹੁੰਦਾ ਹੈ ਜਾਂ ਮਾਂ ਦੀ ਜਿਵੇਂ ਆਦਰ ਟੁੱਟਦੀ ਹੈ ਧੀ ਦੇ ਜਾਣ ਤੋਂ, ਇਹ ਅਸੀਂ ਛੋਟੇ ਛੋਟੇ ਹੁੰਦੇ ਘਰਾਂ 'ਚ ਗਰੀਬੀ ਬਹੁਤ ਸੀ, ਮਾਂ ਨੇ ਫਿਰ ਵੀ 4-5 ਰੁਪਈਏ ਲੁਕੋ ਕੇ ਚੋਰੀਆਂ ਦੇਣ ਦੀ ਤੇਰੇ ਕੋਲ ਘਟਨਾ। ਆਪਣੀਆਂ ਬੇਟੀਆਂ ਨੂੰ ਮਾਮਾ ਨੇ ਸਿਰ ਤੋਂ ਕੱਪੜੇ ਲਾਹ ਕੇ, ਚੁੰਨੀਆਂ ਲਾਹ ਕੇ, ਸ਼ਾਲ ਲਾਹ ਕੇ ਦਿੱਤੀਆਂ ਦੇਖੀਆਂ ਨੇ ਵਿਖੂ ਲੈ ਕੇ ਪੀਏ ਤੇਰੇ ਕੋਲ ਲੱਗੇ ਰੱਖ। ਇਹ ਸਦਮਾ ਸੀ, ਇਹ ਸਦਮਾ ਧੀਆਂ ਦਾ ਨਹੀਂ ਸੀ, ਇਹ ਸਦਮਾ ਰਿਸ਼ਤਿਆਂ ਦਾ ਸੀ। ਵਿਰਕ ਪਰਿਵਾਰ ਨੇ ਰਿਸ਼ਤੇ ਕਮਾਏ ਨੇ, ਅੱਜ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਪਹੁੰਚੀ ਹੈ। ਜੇ ਆਪਾਂ ਅੱਜ ਦੁਨੀਆਂ ਦਾ ਹਿਸਾਬ ਕਿਤਾਬ ਲਾਈਏ, ਕਹਿੰਦੇ ਮੇਰੇ ਵਰਗੇ ਨੂੰ ਕੁਰਸੀ 'ਤੇ ਬੈਠ ਕੇ ਬਹਿਣ ਹੋ ਜਾਂਦਾ ਕਿ ਬਹੁਤ ਸੰਗਤ ਮੈਨੂੰ ਪੂਜਦੀ ਹੈ, ਉਹ ਭਰਾਵੋ ਨੂੰ ਸੰਗਤ ਤਾਂ ਕੁਰਸੀ ਨੂੰ ਪੂਜ ਰਹੀ ਹੁੰਦੀ ਹੈ, ਤੁਸੀਂ ਉੱਥੋਂ ਕੋਈ ਹੋਰ ਵਿਧਾਨ ਸੁਣਾ ਕੇ ਬਹਿ ਜਾਓ ਉਹਨੂੰ ਪੂਜਣ ਲੱਗ ਜਾ। ਥੋੜ੍ਹੇ ਬੰਦੇ ਨੇ ਕਿਸੇ ਨੇ ਬਹੁਤ ਖੂਬਸੂਰਤ ਗੱਲ ਕਹੀ ਹੈ ਕਿ ਰਿਸ਼ਤਾ ਚੰਗੇ ਦੋਸਤਾਂ ਦਾ ਰਿਸ਼ਤਾ ਹਵਾ ਵਰਗਾ ਹੋਣਾ ਚਾਹੀਦਾ ਹੈ, ਖਾਮੋਸ਼, ਚੁੱਪ ਚਾਪ, ਬਿਨਾਂ ਆਵਾਜ਼ ਤੋਂ, ਪਰ ਆਵਾਜ਼ ਨਾਲ ਨਹੀਂ ਨਾ ਪਵੇ, 24 ਘੰਟੇ ਤੁਹਾਡੇ ਆਲੇ ਦੁਆਲੇ ਰਹੇ। ਇਸ ਕਰਕੇ ਰਿਸ਼ਤਿਆਂ ਦੀ ਜਿਹੜੀ ਖੁਸ਼ਬੂ ਹੈ ਅੱਜ ਕੱਲ੍ਹ, ਪੈਸੇ ਬਹੁਤ ਕਮਾਉਂਦੇ ਸੀ, ਉਹਦੇ ਬਹੁਤ ਵੱਡੇ ਕਰਦੇ ਹੋ, ਪਰ ਜਿਹੜੀ ਗੱਲ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿੰਦੇ ਨੇ ਸ਼ਰਮ ਆਉਂਦੀ ਹੈ, ਮਾਂ ਪਿਓ ਸਾਡੇ ਇੱਕ ਤਰ੍ਹਾਂ ਦੇ ਕਾਰ ਬਣਾਉਣ ਵਾਲੇ, ਉਹਨਾਂ ਦੇ ਵਿੱਚ ਅਸੀਂ ਉਹਨਾਂ ਦੇ ਮੰਜੇ ਡਾਉਣ ਲੱਗ, ਸਾਡੀ ਵਿੱਦਿਆ ਸਾਨੂੰ ਇੱਥੇ ਤੱਕ ਕਰ ਦਿੱਤਾ। ਮਾਂ ਦੇ ਪਿਓ ਵੰਡੇ ਜਾਂਦੇ ਨੇ ਵੀ 6 ਮਹੀਨੇ ਮੈਂ ਰੱਖੂ, 6 ਮਹੀਨੇ ਅਸੀਂ ਸਵਾਹ ਹੁੰਦੀ ਕੀਤੀ ਹੈ। ਇਹ ਮਾਂ ਸੀ ਜਿਹਨੇ ਕਦੇ ਪਰਵਾਹ ਨਹੀਂ ਕੀਤੀ, ਬਾਪ ਤੁਰ ਗਿਆ 16 ਉਮਰ 'ਚ 35 ਸਾਲ ਪਹਿਲਾਂ ਸਾਡੇ ਮਾਨਾਂ ਦੀ, ਭਰਾ ਤੁਰ ਗਿਆ 9 ਸਾਲ ਪਹਿਲਾਂ, ਧੀਆਂ ਤੁਰ ਗਈਆਂ, ਪਰ ਅੱਜ ਵੀ
ਜਿਸ ਮਾਣ ਨਾਲ ਜਿਸ ਹੁੱਬ ਨਾਲ ਉਹਨਾਂ ਦੇ ਅੱਗੇ ਭਤੀਜੇ ਭਤੀਜੀਆਂ ਭਾਣਦੇ ਭਾਣਜੀ ਸਭ ਇੰਨੀ ਸ਼ਿੱਦਤ ਨਾਲ ਆਉਂਦੇ ਨੇ, ਉਹਨਾਂ ਦੀ ਪੂਜਾ ਕਰਦੇ ਨੇ, ਦਿਨ ਸੁਣ ਨੂੰ ਕੱਪੜਾ ਲੀੜਾ ਹਰ ਚੀਜ਼ ਦੇ ਕੇ ਜਾਂਦੇ ਨੇ। ਮੈਂ ਸਮਝਦਾ ਬਿਰਖ ਪਰਿਵਾਰ ਧੰਨਤਾ ਦੇ ਲੋਕ ਹੈ ਜਿਹੜੇ ਐਸੀ ਮਾਤਾ ਦੇ ਪੁੱਤਰ ਬਣੇ ਜਿਨ੍ਹਾਂ ਨੇ ਸਾਰੀ ਉਮਰ ਦੇਣ ਦੀ ਕਿਸੇ ਨੂੰ ਅਸੀਸ ਦੇਣ ਦੀ ਔਰ ਚੰਗੀ ਗੱਲ ਤੇ ਪੁੱਤਾਂ ਨੂੰ ਵੀ ਮਾਫ ਨਾ ਕਰਨ ਦੀ ਕਸਮ ਖਾਧੀ ਹੋਈ ਸੀ। ਇਲਾਕੇ ਚ ਮਸ਼ਹੂਰ ਹੈ ਕਿ ਜੇ ਪੁੱਤ ਹੋਣ ਤਾਂ ਜਸਵੰਤ ਸਿੰਘ ਬਿਰਖਵਾ ਦੇ ਪੁੱਤਰ ਹੋਣ, ਸੁਖਦੇਵ ਬਿਰਖ, ਚਰਨ ਬਿਰਖ ਸਾਡੇ ਛੋਟੇ ਭਰਾ ਨੇ, ਬਹੁਤ ਲੰਬੀ ਸਾਂਝ ਹੈ ਇਸ ਪਰਿਵਾਰ ਦੇ ਨਾਲ। ਪਰ ਇਹਨਾਂ ਨੇ ਜਿਵੇਂ ਇਸ਼ਕਾਂ ਦੀ ਖੁਸ਼ਬੂ ਸਾਂਭੀ ਹੈ ਔਰ ਜਿਵੇਂ ਲੋਕਾਂ ਦੇ ਵਿੱਚ ਆਪਣਾ ਪਿਆਰ ਸਤਿਕਾਰ ਪੈਦਾ ਕੀਤਾ, ਇਹਨਾਂ ਦੀ ਕੋਈ ਦੇਣ ਨਹੀਂ ਹੈ, ਇਹ ਉਸ ਮਾਂ ਦੀ ਦੇਣ ਹੈ। ਕਿਸੇ ਦਰਖਤ ਦਾ ਅੰਦਾਜ਼ਾ ਉਹਦੇ ਫਲ ਤੋਂ ਲਾਇਆ ਜਾਂਦਾ। ਖਜੂਰਾਂ ਕਿੰਨਾ ਮਨਤਰ ਹੋਵੇ, 200 ਸਾਲ ਬਾਅਦ ਵੀ ਉਹਨਾਂ ਦਾ ਬੀਜ ਉੱਗੇ ਆਉਂਦਾ। ਸੋ ਮਾਂ ਪਿਓ ਨੇ ਜਿਹੜੇ ਜਿਹੜੇ ਸੰਸਕਾਰ ਸਾਨੂੰ ਦਿੰਦੇ ਨੇ, ਤੁਸੀਂ ਪੜ੍ਹਦੇ ਰਹਿੰਦੇ ਹੋ ਫੇਸਬੁੱਕ, ਬਹੁਤ ਸਾਰੀਆਂ ਮਾੜੀਆਂ ਗੱਲਾਂ ਵੀ ਨੇ। ਮੈਂ ਫੇਸਬੁੱਕ ਤੇ ਪੜ੍ਹਿਆ ਕਿ ਇੱਕ ਕਰੋੜਪਤੀ ਅਮਰੀਕਨ ਸਾਡਾ ਇਹਦਾ ਦਾਨੀ ਨਹੀਂ ਗਿਆ, ਉੱਥੇ ਗਿਆ ਹੋਇਆ ਸੀ ਤੇ ਮਾਂ ਮੁੰਬਈ ਦੇ ਇੱਕ ਫਲੈਟ ਵਿੱਚ ਰਹਿੰਦੀ ਸੀ, ਉਹਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਮਰ ਗਿਆ। 2 ਸਾਲ ਤੱਕ ਨਾਲ ਉਸ ਫਲੈਟ 'ਚ ਰੋਂਦਾ ਰਿਹਾ ਕਿ ਜੇ ਕਿਸੇ ਦੇ ਬੰਦੇ ਆ ਕੇ ਮਾਂ ਦੀਆਂ ਜਲੇਬੀਆਂ ਕੱਢਦੇ ਹਨ ਤੇ ਮਾਂ ਦੇ ਨਾਂ 'ਤੇ ਰੰਗਾਂ ਲਾ ਦਿੰਦੇ, ਇਹਦੇ ਤੇ ਤਾਂ ਛੁੱਟੀਆਂ ਲਾ ਦਿੰਦੀਆਂ ਕਿ ਤੁਹਾਨੂੰ ਕੀ ਹੱਕ ਹੈ ਜਾਂਦੇ ਸੀ ਤੁਸੀਂ ਸਮਝਿਆ। ਭੈਣਾਂ ਨੂੰ ਵੀ ਮੈਂ ਕਹਿਣਾ, ਮੇਰੀਆਂ ਮਾਤਾਵਾਂ ਵੀ ਬੈਠੀਆਂ ਨੇ, ਨੌਹਾਂ ਨੂੰ ਧੀਆਂ ਬਣਾ ਕੇ ਰੱਖੋ, ਜਿਹੜੀਆਂ ਕੋਲੇ ਬੈਠੀਆਂ ਨੇ ਉਹਨਾਂ ਨੂੰ ਤੁਸੀਂ ਵੀ ਛੱਡ ਦਿੰਦੇ ਹੋ, ਯਾਦ ਧੀਆਂ ਨਹੀਂ ਕਰਦੀਆਂ। ਇਹ ਵੀ ਸਾਡੇ ਸਮਾਜ ਦਾ ਇੱਕ ਪਿਛਾਕੜੀ ਸੋਚ ਹੈ। ਜਿੰਨਾ ਚਿਰ ਤੱਕ ਪੈਸੇ ਘੱਟ ਹੋਣ ਤਾਂ ਵੱਧ, ਤੁਸੀਂ ਗਿਣਤੀ ਕਰਕੇ ਦੇਖ ਲਓ ਕਿਸੇ ਗਰੀਬ ਦਾ ਬਜ਼ੁਰਗ ਦੋਨੋਂ ਵੱਡਾ ਅਸਮਤ ਨਹੀਂ ਮਿਲੂ, ਮੇਰੇ ਵਰਗੇ ਪ੍ਰੋਫੈਸਰ ਦਾ ਮਿਲੂ, ਕਿਸੇ ਇੰਜੀਨੀਅਰ ਦਾ ਮਿਲੂ, ਉਸ ਕਰਨ ਵਾਲੀ ਨੂੰਹ ਦਾ ਮਿਲੂ ਜਿਹਨੂੰ ਜਿਸ ਮਾਂ ਨੇ ਬੱਚੇ ਪੈਦਾ ਕੀਤੇ, ਨਲੀਆਂ ਧੋਤੀਆਂ, ਕੱਪੜੇ ਧੋਤੇ, ਸਕੂਲ ਪਹੁੰਚਾਏ, ਕੋਈ ਸਾਧਨ ਨਹੀਂ ਸੀ ਹੁੰਦਾ ਤੇ ਉਹ ਫਿਰ ਆ ਕੇ ਕਹਿੰਦੇ ਸੀ ਮੇਰਾ ਤਾਂ ਅੱਗੇ ਜੀ ਨਹੀਂ ਲੱਗਦਾ। ਮਾਂ ਦੇ ਤਾਂ ਇੰਨੇ ਐਡਵਾਂਸ ਹੋ ਗਏ, ਵਿਆਹ ਕਰਨ ਵਾਲੇ ਕੁੜੀਆਂ ਕਹਿੰਦੀਆਂ ਨੇ ਤੇਰੇ ਨਾਲ ਲੱਗੇ ਇਸ ਤਾਂ ਨਹੀਂ ਹੈ, ਸਮਾਨ ਸੂਚ ਕਿਸ ਵੀ ਤੇਰੇ ਮਾਂ ਕੋ ਤੇਰੇ ਨਾਲ ਤੇ ਮੈਂ ਤੇਰੇ ਨਾਲ ਕਰਨਾ। ਸੋ ਭਰਾਵੋ, ਜਿਸ ਦੇਸ਼ ਦੇ ਵਿੱਚ ਇੱਕ ਭਰਾ ਆਪਣੀ ਵੱਡੀ ਭਰਜਾਈ ਹੈ ਜਿਹੜੀ ਉਹਦੇ ਪੈਰਾਂ ਤੱਕ ਹੀ ਦੇਖਦਾ ਰਿਹਾ, ਉਸ ਕਲਚਰ ਦੇ ਵਿੱਚ ਬਹੁਤ ਵੱਡਾ ਰੋਲ ਹੈ ਮਾਵਾਂ ਦਾ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨੀ ਹੈ ਕਿ ਆਪਾਂ ਅਜੇ ਵੀ ਸਿੱਧੇ ਰਾਹ 'ਤੇ ਆਈਏ, ਇਹਨਾਂ ਮਾਵਾਂ ਨੇ ਜਿਹਨਾਂ ਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ, ਅਸੀਂ ਉਹਨਾਂ ਦੇ ਇੱਕ ਇੱਕ ਅੱਥਰ ਨੂੰ ਮੈਂ ਇੱਕ ਗੱਲ ਕਰਕੇ ਸਮਾਪਤ ਕਰੂੰਗਾ। ਮੇਰਾ ਦੋਸਤ ਹੈ ਪ੍ਰੋਫੈਸਰ ਗਿਆਨ ਸਿੰਘ, ਉਹਨਾਂ ਦੀ ਕੁਦਰਤ ਵੱਲੋਂ ਇੱਕ ਬਾਂਹ ਚਲੀ ਗਈ, ਸਾਨੂੰ ਟੈਲੀਫੋਨ ਆਇਆ ਕਿ ਸੁਰੀ ਤੁਸੀਂ DMC ਪਹੁੰਚੋ, CMC ਹਸਪਤਾਲ ਪਹੁੰਚੋ, ਮਾਤਾ ਬਹੁਤ ਬਿਮਾਰ। ਅਸੀਂ ਦੋ ਹੀ ਚਲੇ ਗਏ ਆਖਰੀ ਵਾਰ ਚੜ੍ਹਦੇ, ਉਹ ਮਾਤਾ ਕਹਿੰਦੀ ਮੇਰਾ ਪੁੱਤ ਥੁੱਕਣ ਨੂੰ ਜੀ ਕਰਦਾ, ਤੇ ਜੋ ਅਸੀਂ ਨਰਸ ਦੇ ਕੀ ਆਲੇ ਦੁਆਲੇ ਬੋਲੀ ਨਾ, ਉਸ ਇਕਨੋਮਿਕਸ ਦੇ ਪ੍ਰੋਫੈਸਰ ਨੇ ਆਪਣਾ ਹੱਥ ਅੱਗੇ ਕਰਤਾ, ਕਹਿੰਦਾ ਮਾਂ ਮੇਰੇ ਹੱਥ 'ਤੇ ਥੁੱਕੋ ਨਹੀਂ, ਮੈਂ ਆਪਣੇ ਬਾਹਰ ਪਾਏ, ਸਾਨੂੰ ਤਾਂ ਇਹੋ ਜਿਹੇ ਬੱਚੇ ਪੈਦਾ ਕਰਨ ਦੀ ਲੋੜ ਹੈ। ਤੁਸੀਂ ਸਾਰੇ ਆਏ, ਮਾਤਾ ਜੀ ਦੀ ਯਾਦ ਨੂੰ ਸਾਡੇ ਨਾਲ ਸਾਂਝਾ ਕੀਤਾ, ਇਸ ਗਰੁੱਪ ਵਿੱਚ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਅਗਲੀ ਤਾਰ ਦਾ ਇੰਟਰ ਸਤਨਾਮ ਸਿੰਘ ਦੱਸ ਸਕਦਾ। ਵਾਹਿਗੁਰੂ ਜੀ ਕਾ ਖਾਲਸਾ। ਸਰਦਾਰ ਅਜਾਇਬ ਸਿੰਘ ਭੱਟੀ, ਡਿਪਟੀ ਸਪੀਕਰ ਪੰਜਾਬ, ਉਹਨਾਂ ਦੇ ਵੱਡੇ ਭਰਾ ਨੇ, ਅੱਜ ਭਰਾ ਦੀ ਡੈਥ ਹੋ ਗਈ ਸੀ, ਉਹਨਾਂ ਨੇ ਵੀ ਇੱਥੇ ਪਹੁੰਚਣਾ ਸੀ, ਉਹਨਾਂ ਦਾ ਵੀ ਸੰਦੇਸ਼ ਹੈ। ਸਰਦਾਰ ਸੁਖਦੇਵ ਸਿੰਘ ਢੀਂਡਸਾ MP, ਉਹਨਾਂ ਦਾ ਵੀ ਮੈਸੇਜ ਹੈ। ਔਰ ਸਾਡੇ 'ਚ ਆਦਰ ਨੇ ਸਰਦਾਰ ਦਲਵੀਰ ਸਿੰਘ ਬਰਾੜ, ਜਿਹੜੇ ਕਿਸੇ ਜਾਣ ਪਛਾਣ ਦੇ ਮੁਹਤਾਜ ਨੇ, ਔਰ ਸਰਦਾਰ ਪਰਮਜੀਤ ਸਿੰਘ IG, ਉਹ ਵੀ ਇੱਥੇ ਪਹੁੰਚੇ ਹੋਏ, ਸਰਦਾਰ ਪਰਮਜੀਤ ਸਿੰਘ ਡਿਪਟੀ IG ਪਹੁੰਚੇ ਹੋਏ, ਡਾਕਟਰ ਜਤਿੰਦਰ ਸਿੰਘ ਸਿੱਧੂ ਡਾਇਰੈਕਟਰ ਐਜੂਕੇਸ਼ਨ SGPC, ਡਾਕਟਰ ਧਰਮਿੰਦਰ ਸਿੰਘ ਉਪਾ ਜਿਹੜੇ
ਐਕਸ ਡਾਇਰੈਕਟਰ ਨੇ, ਪ੍ਰਿੰਸੀਪਲ ਨੇ, ਉਹ ਵੀ ਪਹੁੰਚੇ ਨੇ। ਸਰਦਾਰ ਗੋਪਾਲ ਸਿੰਘ PCS ਅਸਿਸਟੈਂਟ ਕਮਿਸ਼ਨਰ, ਸਰਦਾਰ ਸ਼੍ਰੀ ਵਿਨੋਦ ਕੁਮਾਰ ਜੀ PCS, ਔਰ ਇਸ ਦੇ ਨਾਲ ਹੀ ਸਰਦਾਰ ਹਰਿੰਦਰ ਸਿੰਘ ਚਹਿਲ ਜਿਹੜੇ IG ਰਹੇ ਨੇ, ਔਰ ਹੋਰ ਵੀ ਬਹੁਤ ਸਾਰੇ ਸੰਸਥਾਵਾਂ ਤੋਂ ਜਨਾਬ ਬਸ ਤੋਂ ਸਰਦਾਰ ਪ੍ਰਿਥੀਪਾਲ ਸਿੰਘ ਬਾਈ ਜੀ ਹੋਰੀ ਹਾਜ਼ਰ ਨੇ, ਭੋਲਾ ਸਿੰਘ ਗਣਪਤੀ, ਬਹੁਤ ਸਾਰੇ ਨਾਮ ਨੇ ਜੇ ਇੱਕ ਇੱਕ ਦਾ ਨਾਮ ਲਿਆ ਜਾਏਗਾ ਤੇ ਬਹੁਤ ਸਮਾਂ ਲੱਗ ਜੂ। ਘਰਦਿਆਂ ਵੱਲੋਂ ਇਹ ਪਰਿਵਾਰ ਵੱਲੋਂ ਫੈਸਲਾ ਹੈ ਕਿ ਸੰਗਤ ਦੂਰ ਤੋਂ ਆਈ ਹੈ ਤੇ ਸਮੇਂ ਸਿਰ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਉਹਨਾਂ ਦਾ ਵੀ ਸੰਦੇਸ਼ ਆਇਆ। ਮੈਂ ਹੁਣ ਬੇਨਤੀ ਕਰਦਾ IG ਸਰਦਾਰ ਪਰਮਜੀਤ ਸਿੰਘ ਗਿੱਲ ਨੂੰ ਕਿ ਉਹ ਪਰਿਵਾਰ ਵੱਲੋਂ ਆਪ ਸਾਰਿਆਂ ਦਾ ਧੰਨਵਾਦ ਕਰਨਗੇ। ਸਰਦਾਰ ਪਰਮਜੀਤ ਸਿੰਘ ਗਿੱਲ ਜੀ ਨਾਲ ਇਹ ਬੇਨਤੀ ਹੈ ਕਿ ਜਿਹੜੀ ਸੰਗਤ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਜ਼ਰੂਰ ਛੱਕ ਕੇ। ਪੁਸਤਕ ਦੀ ਵੀ ਜਿਹੜੀ ਬੜੀ ਚਰਚਾ ਰਹੀ ਉਹ ਗੱਲ ਮੈਂ ਨਾ ਕਰਦਾ ਹੋਇਆ ਮੈਂ ਚੈਨ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਉਹ ਧੰਨਵਾਦ ਕਰਨ। ਪਿਆਰ ਖਤਮ ਹੋ ਗਿਆ, ਗੱਲ ਖਤਮ ਹੋ ਗਈ ਜਾਂਦੀ ਹੈ। ਉਹ ਕੁੜੀ ਨੇ ਜਿਹੜਾ ਦੇਖ ਰਹੇ ਕਰਦੇ ਦੇ ਵਿੱਚ
ਕੁੜੀਆਂ ਨੂੰ ਥਾਣੇਦਾਰ ਗੋਬਿੰਦ ਸਰ ਦੇ ਉੱਤੇ ਲੱਗੀ ਹੋਈ ਹੈ। ਉਹਨੇ ਦੇਖਿਆ ਕਿ ਥੋੜ੍ਹੀ ਜਿਹੀ ਮੁੰਡਾ ਚੁੰਗੀ ਦੇ ਨਾਲ ਰਹਿਣ ਵਿੱਚ ਉਸ ਥਾਣੇ ਉਹਨੇ ਦੇਖੀ ਸੀ ਜਦੋਂ ਪਹਿਲੀ ਵਾਰ ਥਾਣੇਦਾਰ ਬਣੇ ਅਤੇ ਮੈਨੂੰ ਕਿਸੇ ਖੁਦਕੁਸ਼ੀ 'ਤੇ ਜਾਣ 'ਤੇ ਮੌਕਾ ਮਿਲਿਆ। ਕੋਈ ਲੜਕੀ ਖੁਦਕੁਸ਼ੀ ਕਰ ਗਈ ਸੀ ਅਤੇ ਮੈਂ ਬੜਾ ਕੁਛ ਸੋਚਿਆ ਵੀ ਉਹਦੀ ਮਾਤਾ ਨੂੰ ਪੁੱਛਾਂ, ਭੈਣ ਭਰਾ ਨੂੰ ਪੁੱਛਾਂ ਵੀ ਕਾਰਨ ਕੀ ਸੀ। ਮਾਤਾ ਨੂੰ ਪੁੱਛਿਆ ਵੀ ਕੀ ਗੱਲ ਕੀ ਹੋ ਗਈ ਸੀ। ਉਹ ਕਹਿੰਦੇ ਪੁੱਤ ਇਹ ਸਹੁਰੇ ਤੋਂ ਇਹ ਆਉਣ ਨਹੀਂ ਸੀ ਦਿੰਦੇ ਅਤੇ ਸਾਡੀ ਲੜਦੇ ਨਹੀਂ ਸੀ ਹੁੰਦੀ। ਇਹਨੇ ਪੁਰਾਣੀਆਂ ਕਹਾਣਾਂ ਬਣੀ ਕਹਾਣੀਆਂ ਬਣੀਆਂ ਧੀ ਅਤੇ ਮਾਂ ਦਾ ਇੰਨਾ ਪਿਆਰ ਜਦੋਂ ਪੁੱਤਦੀਆਂ ਕੰਧਾਂ ਚੱਲੀਆਂ ਕੰਧਾਂ ਚੱਲੀਆਂ ਤਾਂ ਇਹ ਵਰਗ ਨੇ ਮਾਤਾ ਪਿਤਾ ਕਿਵੇਂ ਹਰ ਪ੍ਰਮਾਤ ਖੋਲੇ ਵੀ ਤੋੜ ਕੇ ਆਪਣੀ ਧੀ ਨੂੰ ਖੋਲਦੇ ਆ। ਇਹਨੇ ਢਿੱਡ ਦੀ ਗੱਲ ਜਿਹੜੇ ਦੱਸ ਦਿੰਦੀ ਜਾਂ ਜਾ ਦਿੰਦੇ ਪਹਿਲਾਂ ਦਿੰਦੇ ਉਹ ਫਿਰ ਉਹ ਕੁਝ ਲਿਖਦੇ ਆ ਅਤੇ ਮੈਂ ਕੰਧ ਦੇ ਆਲੇ ਦੁਆਲੇ ਦੇਖਿਆ ਉੱਥੇ ਬਾਬੇ ਨਾਨਕ ਦੀ ਫੋਟੋ ਵੀ ਲੱਗੀ ਹੋਈ ਸੀ, ਬੰਦਾ ਸਿੰਘ ਬਹਾਦਰ ਦੀ ਫੋਟੋ ਵੀ ਲੱਗੀ, ਬੇਬੇ ਨਾਨਕੀ ਦੀ ਫੋਟੋ ਵੀ ਲੱਗੀ ਸੀ ਅਤੇ ਹੋਰ ਵੀ ਗੁਰੂਆਂ ਪੀਰਾਂ ਪੀਰਾਂ ਦੀਆਂ ਫੋਟੋਆਂ ਲੱਗੀ ਗਈਆਂ ਸੀ। ਮੇਰੇ ਦਿਲ ਦੇ ਵਿੱਚ ਆਇਆ ਵੀ ਜੇ ਇਹ ਪਰਿਵਾਰ ਜਾਂ ਇਹ ਕੁੜੀ ਇਹਨਾਂ ਪੀਰਾਂ ਫਕੀਰਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਥੋੜ੍ਹਾ ਜਿਹਾ ਵੀ ਧਿਆਨ ਹੁੰਦਾ ਉਹਦਾ ਐਡਾ ਵੱਡਾ ਹੈ ਪਾਪ ਨਾ ਕਰਦੇ, ਕਿਉਂਕਿ ਉਹਦਾ ਨਹੀਂ ਤੂੰ ਕਦੀ ਕਰੇ ਉਹਦੇ ਨਾਲ ਉਹਦੇ ਮਾਂ ਪਿਓ ਵੀ ਮਰ ਗਏ, ਉਹਦਾ ਪਤੀ ਵੀ ਮਰ ਗਿਆ, ਉਹਦੇ ਭੈਣ ਭਰਾ ਵੀ ਮਰ ਗਏ, ਸਾਰੇ ਪਰਿਵਾਰ ਨੂੰ ਕੰਮ ਕਰਕੇ ਚਲੀ ਗਈ। ਪਰ ਇਹ ਜੇ ਮੈਨੂੰ ਚੰਗਾ ਲੱਗਿਆ ਉਹ ਗੱਲ ਜਿਹੜੀ ਲਿਖੀ ਹੋਈ ਹੈ ਸਾਰੀ ਕਈ ਚੌਵੀ ਸਾਲ ਦੀ ਹੁੰਦੀ ਹੋਈ ਹੈ। ਇੱਕ ਹੋਰ ਪਹਿਲੇ ਮੇਰੇ ਸਭ ਤੋਂ ਵੱਡੀ ਗੱਲ ਦੱਸੋ ਪੁਆਣੀ ਲੱਗੀ, ਮੈਂ ਸੋਚਿਆ ਵੀ ਇਸ ਕੁੜੀ ਮੈਂ ਫੋਨ ਕਰਾਂ, ਸ਼ਾਬਾਸ਼ ਦੇਵਾਂ ਵੀ ਚੰਗੇ ਘਰ ਦੀ ਕੁੜੀ ਹੈ, ਵੀ ਚੰਗੀ ਮਾਂ ਦੀ ਸੋਚੀ ਹੋਈ ਹੁੰਦੀ ਹੈ, ਉਹ ਮੈਂ ਫੋਨ ਕਰਾਂ। ਉਹ ਕੁੜੀ ਦਾ ਨਾਮ ਸੀ ਸ਼ਾਇਦ ਹਰਸ਼ੋ, ਮੈਂ ਥੱਲੇ ਕੋਈ ਨੰਬਰ ਨਹੀਂ ਸੀ ਲਿਖਿਆ, ਬਾਈ ਸਰੀਰ ਤਰ੍ਹਾਂ ਗੱਲ ਕਰਦੇ ਹੁੰਦੇ ਹਾਂ, ਮੈਂ ਬਾਈ ਨੰਬਰ ਕਿਉਂ ਨਹੀਂ ਮੈਂ ਲਿਖਿਆ। ਅਸੀਂ ਦੋਨਾਂ ਨੇ ਇਕੱਠੀ ਗੱਲ ਕੀਤੀ ਵੀ ਸਾਨੂੰ ਕੁੜੀ ਸੋਹਣੀ ਹੈ, ਸੋਹਣੀ ਫੋਟੋਆਂ ਦੀ ਉਹ ਕੁੜੀ ਨੇ ਸੋਨੇ ਸਵਾਲ ਦੇ ਉੱਤੇ ਲੁਧਿਆਣਾ ਤੋਂ ਲੱਭੀ ਨੇ ਆਪਦਾ ਟੈਲੀਫੋਨ ਨੰਬਰ ਨਹੀਂ ਪਾਇਆ, ਸਾਡੇ ਸਵਾਲ ਦੀ ਅਸੀਂ ਸੋਚ ਲੱਗੀ। ਫਿਰ ਮੈਂ ਐਸ ਐਸ ਪੀ ਨੂੰ ਫੋਨ ਕੀਤਾ, ਮੈਸੇਜ ਪਾਇਆ ਉਹਦਾ ਕੀ ਕਰਨਾ ਸੀ, ਆਰਾਮ ਸਰ ਜੀ ਉਹਦਾ ਪਿੰਡ ਦੇ ਵਿੱਚ ਚੰਗਾ ਲੱਗਦਾ ਜਦੋਂ ਇਹੀ ਹੈ ਕਿ ਸਾਡਾ ਪੁਲਿਸ ਦੇ ਵਿੱਚ ਅੱਛੀਆਂ ਕੁੜੀਆਂ ਚੰਗੇ ਮੁਲਾਜ਼ਮ ਹੁੰਦੇ ਨੇ, ਸਮਾਜ ਵਿੱਚੋਂ ਕੁਛ ਨਾ ਕੁਛ ਦਮ ਠੀਕ ਕਰਨ ਦੀ ਕੋਸ਼ਿਸ਼ ਕਰਦੇ ਆ। ਇਸ ਮਾਂ ਬਾਰੇ ਵੀ ਪਿਤਾ ਨੇ ਸੰਤ ਸਿੰਘ ਹੋਰਾਂ ਨੇ ਪੰਜਾਬ ਨੂੰ ਕੀੜਾ ਦਿੱਤਾ ਆਪਣੇ ਭਰਾਵਾਂ ਦੇ ਰੂਪ ਸਿੱਧੇ ਦੇ ਭਰਾ ਵੀ ਬਹੁਤ ਅੱਛੇ ਨੇ, ਕੁਮਾਰ ਭੈਣਾਂ ਜਿਹੜੀਆਂ ਨੇ ਪਹਿਲਾਂ ਸਾਰੀ ਸਰੀ ਨੇ ਦੱਸਿਆ ਇਹੋ ਜਿਹਾ ਹੀਰਾ ਪੰਜਾਬ ਦੇ ਵਿੱਚ ਪੈ ਗਏ। ਬਾਈ ਸਰੀਰ ਕਹਿ ਰਹੇ ਸੀ ਜਦੋਂ ਅਸੀਂ ਬਾਹਰ ਖੜੇ ਸੀ ਲੋਕਾਂ ਦਾ ਘੱਟ ਸੀ ਸੰਗਤ ਦਾ, ਕਹਿੰਦੇ ਪੁਲਿਸ ਦੇ ਵਿੱਚ ਬੜੀ ਚੰਗੀ ਰਵਾਇਤ ਹੈ ਵੀ ਪੁਲਿਸ ਹਰ ਬੰਦਾ ਅਫਸਰ ਧੋਪ ਦੇ ਸਮਾਗਮ ਦੇ ਪਹੁੰਚ ਰਿਹਾ। ਮੈਂ ਇਹ ਬਾਬਾ ਜੀ ਦੀ ਦੇਣ ਹੈ, ਸੁਖਦੇਵ ਦਾ ਵੱਡਾ ਪਾਣ ਹੈ, ਦਿਲ ਸਾਹਿਬ ਵਾਲੇ ਦੇ ਪਿਤਾ ਜੀ ਦੀ ਸੋਚ ਹੈ, ਉਹਨਾਂ ਦਾ ਪਿਆਰ ਹੈ, ਜਿਹਦੇ ਕਰਕੇ ਅੱਜ ਇੱਥੇ ਇੰਨੇ ਪੁਲਿਸ ਅਫਸਰ ਇੰਨੀ ਪਬਲਿਕ ਇੰਨੇ ਲੋਕ ਇੱਥੇ ਕਾਇਮ ਨੇ। ਇਸ ਕਰਕੇ ਬਾਬਾ ਜੀ ਤੁਰ ਗਿਆ ਬੜਾ ਵੱਡਾ ਕੰਮ ਪਾ ਰਿਹਾ, ਮੈਂ ਵੀ ਤੁਹਾਡੇ ਨਾਲ ਬਾਬ ਦੇ ਵਿੱਚ ਸ਼ਾਮਿਲ ਹੋਇਆ। ਮੇਰੀ ਇਹੀ ਬੇਨਤੀ ਹੈ ਕਿ ਹਰ ਮਾਤਾ ਪਿਤਾ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਤਾਂ ਕਿ ਅਸੀਂ ਪੰਜਾਬ ਨੂੰ ਸੋਹਣਾ ਬਣਾ ਸਕੀਏ, ਕਿਉਂਕਿ ਹਰ ਪਾਸੇ ਖਾਸ ਕਰਕੇ ਐਜੂਕੇਸ਼ਨ ਦੇ ਵਿੱਚ ਬੜੀ ਗਿਰਾਵਟ ਆ ਰਹੀ ਹੈ। ਆਪਣੇ ਬੱਚਿਆਂ ਨੂੰ ਪੜ੍ਹਾ ਲੈ ਕਰਕੇ ਮਾਤਾ ਜੀ ਮੈਂ ਗੁਰੂ ਸਿੱਖਦੇਵ ਹੋਰਾਂ ਨੂੰ ਪੜ੍ਹਾਇਆ, ਇੱਕ ਅੱਛੇ ਇਨਸਾਨ ਬਣਾਈਏ ਤਾਂ ਕਿ ਸਾਡਾ ਪੰਜਾਬ ਹੱਸਦਾ ਵੱਸਦਾ ਰਹੇ। ਇਹ ਪਰਿਵਾਰ ਨੂੰ ਮਾਤਾ ਜੀ ਦਾ ਮੈਂ ਇੱਥੇ ਗਾਹੀ ਕਰ ਰਿਹਾ ਬਾਈ ਸਿਹਤ ਸੈਕਟਰੀ ਦੇਖ ਲੈ ਕੇ ਲੱਗਦੇ ਸਾਡੇ ਸੁਧਾਰ ਹੈ। ਇੱਕ ਤਾਂ ਅਸੀਂ ਅਫਸੋਸ ਕਰਨ ਜਾਂਦੇ ਹਾਂ ਮਾਤਾ ਦੇ ਲੱਤਾਂ ਦੇਖ ਕੇ ਘਰ ਦੇ ਮੈਂ ਪਹੁੰਚ ਜਾਂਦੇ ਹਾਂ, ਉਹ ਬਾਹਰ ਪਹਿਲੀ ਕਰਨ ਨਾਲ ਆਇਆ ਨਾਲ ਬੜੀ ਚੰਗਾ ਉਹਦੇ ਘੱਟੋ ਘੱਟ ਘੰਟਾ 10 ਮਿੰਟ ਬੈਠ ਕੇ ਜਾਓ ਦੁੱਖ ਲੱਗਦਾ, ਇਹ ਤਾਂ ਵੱਧ ਮੁੜ ਜਾਂਦਾ ਦਿਮਾਗੀ ਦੇ ਵਿੱਚ ਮੁੜ ਜਾਂਦਾ ਸਾਡਾ ਜਿੱਦਾਂ ਗੁਰੂ ਸੱਚੀ ਬੱਚੀ ਚਿੱਟਾ ਹੋ ਜਾਂਦਾ। ਇਹ ਲੋੜ ਹੈ ਮਾਤਾਵਾਂ ਨੂੰ ਆਪਣੇ ਬੱਚਿਆਂ ਨੂੰ ਪਿਤਾ ਨੂੰ ਆਪਣੇ ਬੱਚਿਆਂ ਨੂੰ ਪਰਿਵਾਰਕ ਸਿੱਖਿਆ ਦੇਣ ਦੀ ਅੱਛੀ ਸਿੱਖਿਆ ਦੇਣ ਦੀ। ਕਈ ਵਾਰ ਮੈਨੂੰ ਦੁੱਖ ਹੁੰਦਾ ਅਤੇ ਕਈ ਲੋਕਾਂ ਨੂੰ ਇਹ ਨਹੀਂ ਪਤਾ, ਆਪਾਂ ਸਾਰੇ ਪੰਜਾਬੀ ਆ ਸਿੱਖਾਂ ਨਾਲ ਗੱਲ ਕਰਦੇ ਹਾਂ, ਕਈਆਂ ਨੂੰ ਨਹੀਂ ਪਤਾ ਆਉਂਦਾ ਜਿਹੜਾ ਹੋਣਾ ਦਾ ਆਪਾਂ ਗੁਰੂ ਸਾਹਿਬ ਦਾ ਲਿਆ ਉਹ ਮਾਤਾ ਤੋਂ ਵੀ ਆਉਂਦਾ, ਪਰਿਵਾਰ ਤੋਂ ਵੀ ਆਉਂਦਾ ਵੀ ਗੁਰੂ ਕੀ ਬੋਲਦਾ। ਉਹਨਾਂ ਨੇ ਮੈਨੂੰ ਇਹ ਪੁੱਛਿਆ ਕਹਿੰਦੇ ਕੀ ਗੱਲ ਸਹਿਬ ਸਾਹਿਬ ਇਹ ਅਲੱਗ ਅਲੱਗ ਧੇਰੀ ਉਪਰਾ ਆਉਂਦਾ ਬਸ ਭਾਗ ਕਰ ਬੱਚਿਆਂ ਦੀ ਅਫਸੋਸ ਹੀ ਕਰ ਸਕਦੇ ਹਾਂ। ਇਹ ਮੇਰਾ ਬਾਈ ਭਾਗ ਹੋਵਾਂ ਸਾਨੂੰ ਤੁਹਾਡੇ ਬਾਬਾ ਪੂਰਾ ਪੈਣਾ ਪੈਣਾ ਸੀ।
ਫਿਰ ਮਾਏ ਨੂੰ ਚੰਗੇ ਬਾਣੀ ਆਉਂਦੇ ਹਨ ਜੇ ਪੰਜਾਬ ਨੂੰ ਤੁਸੀਂ ਬਣਾਉਣਾ ਹੈ, ਤੁਸੀਂ ਬੱਚਿਆਂ ਨੂੰ ਪੜ੍ਹਾ ਲਗਾ ਕੇ ਆਪਣੇ ਪਰਿਵਾਰ ਨੂੰ ਪੰਜਾਬ ਨੂੰ ਦੇਸ਼ ਨੂੰ ਬੱਚਾ ਬਣਾਉਣਾ ਹੈ, ਜਿਵੇਂ ਮਾਤਾ ਜੀ ਨੇ ਆਪਣੇ ਬੱਚਿਆਂ ਦੇ ਰਾਹੀਂ ਬਣਾਇਆ। ਦੁਆਰਾ ਫਿਰ ਮੈਂ ਮਾਤਾ ਜੀ ਪਸੰਦਾਂ ਦੇ ਮਨ ਭੇਟ ਕਰਦਾ ਅਤੇ ਅਰਦਾਸ ਕਰਦਾ, ਉਹਨਾਂ ਦਾ ਆਸ਼ੀਰਵਾਦ ਸਦਾ ਸਾਡੇ ਸਿਰ 'ਤੇ ਬਣਾ ਰਹੇ, ਕਿਉਂਕਿ ਕਦੇ ਵੀ ਸਿੱਖੀ ਦੇ ਮੁਤਾਬਕ ਮੌਤ ਨਹੀਂ ਹੁੰਦੀ, ਆਤਮਾ ਹਮੇਸ਼ਾ ਜੁੜੀ ਰਹਿੰਦੀ ਹੈ। ਮੇਰੇ ਵੀ ਮਾਤਾ ਪਿਤਾ ਸਰਗਵਾਸ ਹੋਏ, ਪਰ ਜਦੋਂ ਕਿਤੇ ਮੈਂ ਸਿਹਤ ਰਹਿਣੀ ਹੁੰਦੀ ਹੈ ਆਪਣੇ ਮਾਤਾ ਦੀ ਆਪਣੇ ਪਿਤਾ ਦੀ ਜਿਹੜੀ ਜ਼ਿੰਦਗੀ 'ਚ ਮੈਨੂੰ ਸਿਹਤ ਦਿੱਤੀ ਹੁੰਦੀ ਹੈ, ਮੈਨੂੰ ਗੁਰੂ ਗੁਰੂ ਬੋਲਦੇ ਸੁਣਦੇ ਆ। ਇਸ ਕਰਕੇ ਮਾਤਾ ਕਿਤੇ ਨਹੀਂ ਗਈ, ਇੱਥੇ ਹੈ। ਜਦੋਂ ਯਾਦ ਕਰੋਗੇ ਤੁਹਾਨੂੰ ਸਿਹਤ ਦੇਵੇਗੀ। ਇੰਨਾ ਕਹਿੰਦਾ ਹੋਇਆ ਜਿੰਨੇ ਵੀ ਤੁਸੀਂ ਦੋਸਤ ਮਿੱਤਰ ਸੱਜਣ ਰਿਸ਼ਤੇਦਾਰ ਇਸ ਵਾਕ ਦੇ ਵਿੱਚ ਆਏ ਹੋਏ, ਸਾਡੇ ਦੁੱਖ ਨੂੰ ਬਣਾਉਣ ਆਏ, ਅੰਮ੍ਰਿਤ ਸਾਹਿਬ ਦੇ ਪਰਿਵਾਰ ਦੇ ਦੁੱਖ ਨੂੰ, ਜਦੋਂ ਸਾਹਿਬ ਦੇ ਪਰਿਵਾਰ ਦੇ ਦੁੱਖ ਨੂੰ ਬਣਾਉਣ ਆਏ, ਸਾਰਿਆਂ